ਟੀਮਾਂ ਦਾ ਇੱਕ ਇੱਕ ਪਲੇਅਰ ਆ ਜਾਏ ਜਿਹੜੇ ਜੇਤੂ ਟੀਮਾਂ ਦਾ ਇਤਰਾਜ਼ ਨਾ ਕਰੇ, ਅਸੀਂ ਟਾਈਆਂ ਪਾ ਦੇਣੀਆਂ। ਇਸ ਤੋਂ ਅਗਲਾ ਮੈਚ ਦੀਨਾ ਸਾਹਿਬ ਤੇ ਚੀਵਣੇ ਦੇ ਵਿਚਕਾਰ ਹੋਣਾ। ਇੱਕ ਇੱਕ ਆਗੇ ਪਲੇਅਰ ਟਾਸ ਕਰ ਲਓ। ਸੇਖਾ ਤੇ ਜੇਤੂ ਦਾ ਖੇਡਿਆ ਜਾਊਗਾ ਇਸ ਤੋਂ ਅਗਲਾ ਮੈਚ। ਬਾਕੀ ਟੀਮਾਂ ਸਾਰੀਆਂ ਬਾਏ ਦੇ ਵਿੱਚ ਆ। ਕਿੱਥੇ ਜਾਣਾ ਦੋਤੀ? ਕੀ ਕਰਨਾ? ਕੀ ਹੋ ਗਿਆ? ਐਂ ਠੀਕ ਆ। ਦੋਵਾਂ ਪੈਰ ਜਲਦੀ ਦੇ ਨਾਲ ਪੁੰਚੜਗੇ। ਚੀਵਣੇ ਦਾ ਇੱਕ ਪਲੇਅਰ ਆ ਕੇ ਟਾਸ ਕਰ ਲਓ। ਚੀਵਣਾ ਅੰਬਾਰ ਨੀ ਪੁੱਜੇ, ਉਹਨਾਂ ਨੂੰ ਪਲਾਂਟੀ ਲੱਗ ਜਾਣੀ ਆ ਅਗਲੇ ਮੈਚ ਦੇ ਵਿੱਚ। ਫੇਰ ਲਾ ਕੇ ਡੋਲੀ ਵਾਲੇ ਅੰਬਾਰ ਨੀ ਪੁੱਜੇ। ਲਾਈਵ ਸ਼ੇਅਰ ਕਰਦੇ ਵੀਰੇ ਖਿਆਲਾਂ ਕ੍ਰਿਕਟ ਫੀਵਰ। ਸ਼ਾਬਾਸ਼ ਬਾਬਾ ਵੀਰੇ।
ਚਾਹ ਨਹੀਂ ਮੈਂ ਪੀਣੀ। ਜੀਨਾ ਸਾਹਿਬ ਤਾਂ ਮੈਂ ਨਿਕਲਿਆ ਮਾਨ ਮੇਰੇ ਆਦਮਪੁਰੇ 'ਚ ਖੇਡਦਾ ਸ਼ਹਿਰ ਵਿਰੁੱਧ ਦੋ ਵਾਰ ਹੋ ਗਏ ਕੋਕਰੀ ਵਾਲੇ ਨੇ ਫਿਰ ਮੋਟਾ ਕਰ ਲਿਆ ਮਹਿੰਗੇ ਬਜਟ ਦਾ ਪਲੇਅਰ ਕਰ ਲਿਆ ਕੋਕਰੀ ਵਾਲਾ ਮੋਟਾ ਤਾਂ ਨਹੀਂ ਖੇਡਿਆ ਮਾਨ ਮੈਂ ਕਿਸੇ ਨੂੰ ਨਹੀਂ ਕਹਿੰਦਾ ਆਹ ਦੇਖ ਲਓ ਕੀ ਹੋ ਜੂ ਤੂੰ ਬੈਸਟ ਬਲੱਕ ਇਹਨਾਂ ਕੀ ਹੋ ਬੈਸਟ ਲੋਕਾਂ ਦਾ ਬਹਿ ਨਹੀਂ ਆ ਬੈਸਟ ਬਲੱਕ ਕੀ ਹੋ ਜੂ ਕਹਿਣਾ ਵੀ ਅਗਲੇ ਨੂੰ ਪਤਾ ਲੈ ਕੀ ਪਤਾ ਲੱਗੇ ਅਗਲਾ ਖੇਡਣ ਦੋ ਨੂੰ ਬੈਸਟ ਬਲੱਕ ਹੀ ਹੋ ਚੱਲ ਓਕੇ ਕਿਹੜਾ ਸੁਣਦਾ ਉੱਥੇ ਅੱਛਾ ਠੀਕ ਆ ਰਵੀ ਇੰਦਰਜੀਤ ਨੂੰ ਖੜਾ ਲਿਆ ਕਰ ਯਾਰ ਬਹੁਤ ਤਗੜਾ ਖੇਡਦਾ ਪਿੰਡ ਤਾਂ ਚੱਲਦੀ ਨਹੀਂ ਇਹਦੀ ਅੱਡ ਟੀਮ ਆਉਂਦੀ ਨਹੀਂ ਆਇਆ ਵੀਰੇ
लाल ही नहीं आया मेरे। बरनाला ते बुरज राजगढ़ दा कुलविंदर शोशन मेरे कल खेड गया पत्तो हीरा च पिछली बार लो लास्ट मेरे कल नू यार पत्तू ही खेड़ गया मेरे तलविंदर ਕਰਨ ਕਿਹੜਾ ਵੀਰੇ ਮੇਰੇ ਕੱਲ ਨੂੰ ਲਾਸਟ ਆ ਯਾਰ ਅੱਜ ਲਾਸਟ ਪੂਲ ਆ 2 ਓਵਰ ਦੀ ਸਮਾਪਤੀ ਤੇ 30 ਸਕੋਰ ਤੂਤੀ ਕੀ ਕਰੀ ਜਾਂਦਾ ਤੂਤੀ ਕਹਿੰਦਾ ਮੈਂ ਕੁਝ ਕਰੂੰ ਕਰਨ ਮਲੋਕਪੁਰ ਵਾਲਾ ਬਰਨਾਲੇ 'ਚ ਕਿਵੇਂ ਆਊ ਫਿਰ ਯਾਰ ਹਾਂ ਕਰਤਾ ਤੇਰਾ ਕੰਮ ਕਰਤਾ ਮੈਂ ਕਰਤਾ ਇੰਦਰ ਦੀਨਾ ਸਾਹਿਬ ਦਾ ਪਲੇਅਰ ਆ ਕੇ ਡਿਸੀਜਨ ਦੱਸ ਦੇਵੇ ਸਕੋਰ ਬੋਰਡ ਕਰੇ ਆ ਕੇ ਬੈਟਿੰਗ ਕਰਨੀ ਜਾਂ ਬੋਲਿੰਗ ਕਰਨੀ ਆ ਦੀਨਾ ਸਾਹਿਬ ਦਾ ਪਲੇਅਰ ਇੱਥੇ ਆ ਕੇ ਤੁਹਾਨੂੰ ਦੱਸ ਦੇਵੇ ਦੀਨਾ ਸਾਹਿਬ ਦੀ ਟੀਮ ਜਿਹੜੀ ਬੋਲਿੰਗ ਕਰੇਗੀ ਟੀਮ ਦੇ ਵਾਲੇ ਬੈਟਿੰਗ ਕਰਨਗੇ ਟੀਮਾਂ ਤਿਆਰ ਰਹਿਣਗੀਆਂ ਪੂਲ ਕਲੀਅਰ ਕੱਲ ਨੂੰ ਹੋ ਜਾਣਗੇ ਹੋਰ ਕੀ ਫਿਰ ਸਵੇਰੇ 9 ਵਜੇ ਤੋਂ ਪਹਿਲਾਂ 9 ਵਜੇ ਤੋਂ ਪਹਿਲਾਂ ਕਰਾ ਦੇਵੇ ਹੈ ਨਾ ਸਾਜਰੇ ਪੂਲ ਕਲੀਅਰ ਹੋ ਜਾਣਾ ਮੈਚ ਸਾਰੀਆਂ ਨੇੜ ਦੀਆਂ ਕੋਈ ਗਲੀ ਦੂਰ ਦੀ ਤਾਂ ਹੈ ਨਹੀਂ ਡੇਰਾ ਢੇਰਮਾ ਹੈ ਡੇਰਾ ਢੇਰਮਾ
ਹਾਂ ਟੁੱਡੀ ਉਹਦਾ ਕੁਆਟਰ ਜਾ ਟੁੱਡੀ ਉਹਦਾ ਜਿੱਤ ਕੇ ਡੇਰਾ ਢਾਣਾ ਠੀਕ ਆ ਪਹਿਲਾਂ ਮੈਨੂੰ ਉਹ ਕਹਿੰਦਾ ਸੀ ਗੁਰਪੀ ਕਹਿੰਦਾ ਸੀ ਮੈਂ ਸਲਾਮ ਵਾਲਾ ਵਿੱਚ ਡੇਰਾ ਢਾਣਾ ਸੁੱਖੀ ਆ ਤੋਤੀ ਕਹਿੰਦੇ ਗੁੱਸਾ ਖਾਈ ਖੜਾ ਤੋਤੀ ਤੋਤੀ ਜੋਬਣ ਵੀ ਨਹੀਂ ਆਇਆ ਅਗਲਾ ਮੈਚ ਆ ਵੀਰੇ ਦੀਨਾ ਸਾਹਿਬ ਦਾ ਹੈ ਕੌਣ ਅੱਛਾ ਜੀ ਚੀਮਣੀ ਦਾ ਮੈਚ ਆ ਦੀਨਾ ਸਾਹਿਬ ਦਾ ਲਾਗੇ ਲੱਗਿਆ ਲਾਡੀ ਆ ਵੀਰੇ ਬੁਰਜ ਰਾਜਗੜ੍ਹ ਵਾਲਾ ਰੈਡ ਵਾਲਾ ਤਿੰਨ ਓਵਰ ਯਾਰ ਦੀਪਕ ਭਾਈ ਰੂਪਾ ਵੱਲੋਂ 500 ਰੁਪਇਆ ਜੀ ਬੁਰਜ ਰਾਜਗੜ੍ਹ ਜਿੱਤਦੀ ਹੈ ਵੀਰੇ ਲਾਡੀ ਡਰੋਲੀ ਚ ਬਾਹਰੋਂ ਹੈਗਾ ਬਿਜਲੀ ਬਠਿੰਡਾ ਹੋ ਗਿਆ ਮੈਂ ਟਰੋਲੀ ਦਾ ਵੀਰੇ
ਕੀ ਹੋ ਗਿਆ ਯਾਰ? ਮੈਂ ਨਾ ਮੱਧ ਪ੍ਰਦੇਸ਼ ਗਿਆ ਜੀ ਕੱਲ੍ਹ ਹੀ ਆਇਆ ਰਾਤ, ਕਿੱਥੋਂ ਲਾ ਕੇ ਲੱਗੇ ਪੈਂਦੇ ਨੇ ਸੈੱਟ। ਡਾਕਟਰ ਨੇ ਕੀਤਾ ਖਾਲੀ ਟਾਈਆਂ ਪੈਣੀਆਂ ਵੀਰੇ ਮਜੇ ਵਿੱਚ ਉੱਪਰ ਦੀ ਵਾਈਡ ਆ ਉੱਪਰ ਦੀ ਵੀ ਹੈਗੀ, ਉੱਪਰ ਦੀ ਵੀ ਉਹ ਬਾਹਰ ਲਾਈਆਂ ਹੋਈਆਂ ਬਾਈ ਦੱਸ ਦੋ ਜਦੋਂ ਆ ਲਾਈ ਵੀ ਆ ਬਾਈ ਜੇ ਤੂੰ ਥੱਲੇ ਨੋ ਆ ਫਿਰ ਤਾਂ ਵਾਈਡ ਹੀ ਹੋਊਗੀ। ਵਾਈਡ ਆ ਵਾਈਡ ਆ ਇਹ ਉੱਪਰ ਦੀ ਵਾਈਡ ਹੈਗੀ ਵੀਰੇ। ਹਾਂ ਹਾਂ ਉੱਪਰ ਦੀ ਹੈਗੀ ਆ, ਆ ਤਾਂ ਮਗਰ ਦੀ ਸੀ ਉਹ ਬਾਹਰ ਲਾਈਆਂ ਹੋਈਆਂ ਇਹਨਾਂ ਦੇ ਲੀਕਾਂ ਹੀ ਆ, ਉੱਪਰ ਦੀ ਵਾਈਡ ਆ ਇਹ ਤਾਂ ਮਗਰ ਦੀ ਜਾਂਦੀ ਸੀ। ਸ਼ਾਬਾਸ਼ 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 ਕਾਲੀ ਜਾ ਪੰਗਾ ਨਾਲ ਲਿਆ ਕਰ ਬਿਨਾਂ ਗੱਲ ਤੋਂ। ਬਰਨਾਲਾ ਅਤੇ ਬੁਰਜ ਰਾਜਗੜ੍ਹ ਕਿੱਥੇ ਆ ਲੈ ਜਾ ਭਰ ਕੇ ਮੈਂ ਤਾਂ ਟੂਰਨਾਮੈਂਟ 'ਤੇ ਕਿਹਾ ਡੈਡੀ ਆਉਂਦਾ ਬਸ ਉਹ ਵੀ ਲੈ ਕੇ ਜਾਊਗਾ। ਹਾਂ ਤੂੰ ਵੀ ਬਸ ਲੈ ਜਾ ਭਰ ਕੇ ਕਰੀ ਆ ਭਰ ਲਾ ਫਿਰ ਭਰ ਕੇ ਲੈ ਚੱਲ ਜਿਹੜੇ ਦੋ ਚਾਰ ਲੱਗਦੇ ਆ ਲਾ ਦੇ ਹੁਣ ਜਿਹੜੇ ਦੋ ਤਿੰਨ ਲੱਗਣਗੇ ਲੈ ਜਾ ਵੱਧ ਕੇ ਡੈਡੀ ਨੂੰ ਨਾਲ ਹੀ ਲੈ ਜੀ ਚੰਗਾ ਉੱਥੋਂ ਤਾਂ ਗੋਡਾ ਓਵਰ ਤਿੰਨ ਦਾ ਫਿਰ ਕੀ ਮਤਲਬ ਨਾ ਨਾ ਇੱਕ ਹੀ ਕਰੂਗਾ ਹਾਂ ਓਵਰ ਤਾਂ ਖੇਡ ਸਕਦਾ ਬੋਲ ਜਿਹੜਾ 12 ਵਜੇ ਖੜਾਇਆ ਉਹਨਾਂ ਚ ਬੋਲਿੰਗ ਇੱਕ ਹੀ ਬੰਦਾ ਕਰ ਸਕਦਾ ਵੀਰੇ ਇੱਕ ਪਲੇਅਰ ਹੀ ਬੋਲਿੰਗ ਕਰੂਗਾ ਤੇ ਨਾ ਖੜਾ ਚਾਹੇ ਦੂਜਾ ਦੂਰੀ ਥੋੜੀ ਹੁੰਦਾ ਤਿੰਨ ਓਵਰ ਦੋ ਪਲੇਅਰ ਦੂਜਾ ਉਹ ਗੱਲਾਂ ਦੇਖ ਲਓ ਪੰਜ ਚ ਹੁੰਦੇ ਦੋ ਚਾਰ ਚ ਵੀ ਨਹੀਂ ਹੁੰਦੇ ਇੱਕ ਵੀ ਨਹੀਂ ਹੁੰਦੇ ਬਾਈ ਉਹ ਗੱਲਾਂ ਦੇ ਕੋਰਾ ਵਾਈਡ ਬਾਲ ਕਰੇ ਤਿੰਨ ਤਿੰਨ ਵਾਈਡ ਬਾਲ ਨੇ
ਚੱਲ ਠੀਕ ਆ ਖਾਲੀ ਖੜਾ ਰਹੀ ਠੀਕ ਹੈ ਤੇ ਬੈਠ ਤੇ ਜਾਂਦੀ ਸ਼ਾਬਾਸ਼ ਹਾਂ ਉਹਦੇ ਚ ਕੱਟ ਲਾਂਗੇ ਆਪਾਂ ਬਾਅਦ ਚ ਕੱਟ ਲਾਂਗੇ ਵਿੱਚ ਇੱਥੇ ਬੜਾ ਖੜਾ ਪਾ ਇੱਥੇ ਖੜਾ ਆਰਾਮ ਨਾਲ ਚੱਕ ਲੈ ਹਾਂਜੀ ਦੋਨੇ ਦੂਜੀ ਵੀ ਦੂਜੀ ਵੀ ਆਉਂਦੀ ਹੈ ਉਹ ਗੱਲ ਸੁਣ ਉਹ ਦੂਜੀ ਦਾ ਜਿਹੜਾ ਹੁਣ ਪਰੇ ਬਾਰਾਂ ਬਾਲਾਂ ਤੇ 27 ਸਕੋਰ 41 ਦਾ ਟਾਰਗੇਟ ਹੈ ਜੀ ਇੱਕ ਓਵਰ ਦੀ ਸਮਾਪਤੀ ਤੇ 14 ਸਕੋਰ ਆ 12 ਬਾਲਾਂ ਕਾਲੀ ਆਪੇ ਰਨ ਬਣ ਗਏ ਖੜਾ ਨਹੀਂ ਠੀਕ ਹੈ ਚੀਮਣਾ ਤੇ ਦੀਨਾ ਸਾਹਿਬ ਜਿਹੜੇ ਅਗਲੇ ਮੈਚ ਲਈ ਤਿਆਰ ਰਹਿਣ ਚੀਮਣਾ ਤੇ ਦੀਨਾ ਸਾਹਿਬ ਇੱਥੇ ਵੱਜੀ ਨਾ ਬੱਲੇ ਨਾਲ ਲੱਗ ਕੇ ਐ ਵੱਜੀ ਨਹੀਂ ਵੱਜੀ ਠੀਕ ਆ ਉੱਚੀ ਇੱਥੋਂ ਮਾਰੂਗਾ ਬਹੁਤ ਲੰਬਾ ਗਿਆ ਲਵਾ ਦੇ ਯਾਰ ਕੋਈ ਚੱਕਰ ਨਹੀਂ ਚੱਲ ਵਰਨ ਧਿਆਨ ਨਾਲ ਕਿੱਡਾ ਲੰਮਾ ਮਾਰਿਆ ਇੱਕ ਲਾ ਦੇ ਯਾਰ ਨਾ ਚੱਲਣ ਦੇ ਲਾ ਦੇ ਪਤਾ ਮੈਨੂੰ ਬਾਹਲਾ ਕੁਛ ਬਣਾਉਂਦੇ ਆ ਬਾਲੇ ਲੰਬੇ ਮਾਰੇ ਬਾਲੇ ਲੰਬੇ ਮਾਰੇ ਸਮਾਪਤੀ
ਇੱਕ ਓਵਰ ਤੇ ਤਿੰਨ ਸਕੋਰ ਬਾਕੀ ਆ ਜੀ, ਛੇ ਬਾਲਾਂ ਤੇ ਤਿੰਨ ਸਕੋਰ ਜਿੱਤਣ ਦੇ ਲਈ। ਲਾਡੀ ਤੋਂ ਵੀ ਨਹੀਂ ਕੋਈ ਲੱਗਦਾ। ਹਰਮਨ ਸਹਿਜਾਪੁਰ ਨੂੰ ਵੀਰੇ ਰਿਕੁਐਸਟ ਹੈ ਕਿ ਆਪਣੇ ਸਕੋਰ ਬੋਰਡ ਕੋਲ ਆ ਜਾਏ ਜੀ, ਆਪਣੀ ਡਿਊਟੀ ਦੇ ਤੱਤ ਪਰ ਆ ਜਾਣ ਜੀ। ਚੇਂਜ ਕਰ ਬਰਨ ਯਾਰ, ਦੋ ਰਹਿ ਗਏ ਦੋ। ਟਾਈ ਹੋ ਗਿਆ, ਟਾਈ ਹੋ ਗਿਆ। ਜਿੱਤ ਗਈ ਬਰਨਾਲਾ ਵੀਰੇ। ਚੱਲਦੇ ਮੈਚ ਵੀਰੇ ਬਰਨਾਲਾ ਟੀਮ ਜਿੱਤੀ ਆ। ਬਰਨਾਲਾ ਦੇ ਵੀਰੇ ਦੋ ਅੰਪਾਇਰ ਇੱਥੇ, ਦੂਜੀ ਟੀਮ ਦੇ ਅੰਪਾਇਰ ਰਹਿਣ ਇੱਥੇ ਦੋ ਅੰਪਾਇਰ।